नोटबंदी का तमाशा सोची समझी चाल थी, मच गया कोहराम था हर आम में, कुछ खास में अच्छे जनों की आस में। मेरा नाम प्रेम सागर शर्मा, कन्वीनर पंजाब यूटी मुलाजम पेंशनर सांझा फ्रंट। सज्जनों साडे जिहड़े सांझा फ्रंट आ उहदे 8 कन्वीनर आ, उन्होंने मीटिंगां करके सरकार नाल वादा किया, सरकार ने वादा किया कि असीं थोड़ा सब कुछ जारी करांगे, लेकिन एक भी हुण तक 3 साल हो गए कैप्टन सरकार बनी नूं, कोई भी मंग पेंशनां दी हुण तक इन्हां ने नहीं जारी किया नोटिफिकेशन। इस तों तंग आ के असीं अज अपना जिहड़ा है संघर्ष का प्रोग्राम जारी किया, जिहदे विच हुण असीं अज सरकार दे झूठे वादियां दी पंड फूकी है। साथियो, इन्हां ने सानू 31 अगस्त नूं सानू चंडीगढ़ पंजाब भवन दे विच बुलाया सरकार ने, जे उत्थे भी मीटिंग साडी असफल रही तां असीं 19 सितंबर तों जेल भरो अंदोलन असीं शुरू कर रहे हैं। साथियो, जेलां भरांगे, लिस्टां तैयार हो रहियां, जे सरकार ने फिर भी ना कीता फिर असीं शायद मरण वर्त रखण दा भी प्रोग्राम बनावांगे। असी 85-85, 90-90 साल दे पेंशनर हैं जिहड़े सरकार दीआं हुण तक असी मीटिंगां करके असी जिहड़ा है पंजाब सरकार नाल वादे कीते वो हुण तां पूरे हो पूरे नहीं होए। असी जेलां जावांगे और पूरा असी अगे संघर्ष इस तों भी ज़्यादा असी छेड़ांगे। ਹਾਂਜੀ, ਕੀ ਨਾਂ ਜੀ? ਹਾਂ, ਮੇਰਾ ਨਾਮ ਮਾਸਟਰ ਬਿਹਾਲਾ ਸੱਦੀ ਆ ਜੀ, ਮੈਂ ਰਿਟਾਇਰ ਲੈਕਚਰ ਹਾਂ, ਪੰਜਾਬ ਸਟੇਟ ਪੈਨਸ਼ਨ ਮਹਾਂਸੰਘ ਦਾ ਚੇਅਰਮੈਨ ਵੀ ਹਾਂ ਔਰ ਗੌਰਮੈਂਟ ਟੀਚਰ ਦਾ ਬਲਾਕ ਪ੍ਰਧਾਨ ਹੈ। ਅੱਜ ਸਰਕਾਰ ਦੀ, ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਸਰਕਾਰ ਹੈ, ਇਹਨਾਂ ਦੇ ਜੋ ਕਾਰਨਾਮੇ ਨੇ ਦੇਖ ਕੇ ਮੈਨੂੰ ਸਾਹਿਲ ਲੁਧਿਆਣਵੀ ਦੀਆਂ ਜਿਹੜੇ ਕਈ ਸਦੀਆਂ ਪਹਿਲਾਂ ਉਹਨਾਂ ਨੇ ਕਈ ਦਹਾਕੇ ਪਹਿਲਾਂ ਬੋਲੇ ਸੀ ਅਮਰ ਬੋਲ ਮੇਰੇ ਗੀਤ ਦੇ ਵਿੱਚ, ਉਹ ਯਾਦ ਆ ਰਹੇ ਨੇ, ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਮੈਂ ਸ਼ਾਇਰ ਹੂੰ, ਮੁਝੇ ਫਿਤਰਤ ਕੇ ਨਜ਼ਾਰੋਂ ਸੇ ਉਲਫਤ ਹੈ, ਮੇਰਾ ਦਿਲ ਦੁਸ਼ਮਨੇ ਨਗਮਾ ਸਰਾਈ ਹੋ ਨਹੀਂ ਸਕਤਾ, ਮੁਝੇ ਇਨਸਾਨੀਅਤ ਕਾ ਦਰਦ ਵੀ ਬਖਸ਼ਾ ਹੈ ਕੁਦਰਤ ਨੇ, ਮੇਰਾ ਮਕਸਦ ਫਕਤ ਸ਼ੋਲਾ ਨਵਾਈ ਹੋ ਨਹੀਂ ਸਕਤਾ, ਮੇਰੇ ਸਰਕਸ ਤਰਾਨੋ ਕੀ ਹਕੀਕਤ ਹੈ ਤੋ ਇਤਨੀ ਹੈ ਕਿ ਜਬ ਮੈਂ ਦੇਖਤਾ ਹੂੰ ਭੂਕੇ ਮਾਰੇ ਕਿਸਾਨੋ ਕੋ, ਗਰੀਬੋਂ ਮੁਫਲਸੋਂ ਕੋ, ਬੇਕਸੋਂ ਕੋ, ਬੇਸਹਾਰੋਂ ਕੋ, ਸਿਸ਼ਕਤੀ ਨਾਜ਼ਨੀਨੋਂ ਕੋ, ਤੜਪਤੇ ਨੌਜਵਾਨੋਂ ਕੋ, ਹਕੂਮਤ ਕੇ ਤਸ਼ੱਦਦ ਕੋ, ਇਮਾਰਤ ਕੇ ਤਕੱਬਰ ਕੋ, ਕਿਸੀ ਕੇ ਚੀਥੜੋਂ ਕੋ ਔਰ ਸ਼ਹਿਨਸ਼ਾਹੀ ਖਜ਼ਾਨੋਂ ਕੋ, ਤੋ ਦਿਲ ਤਾਬੇ ਨਿਸ਼ਾਤੇ ਬਦਮੇ ਸ਼ਰਤ ਲਾ ਨਹੀਂ ਸਕਤਾ, ਮੈਂ ਚਾਹੂੰ ਵੀ ਤੋ ਖਵਾਬ ਆਬਰ ਤਰਾਨੇ ਗਾ ਨਹੀਂ ਸਕਤਾ, ਤਰਾਨੇ ਗਾ ਨਹੀਂ ਸਕਤਾ। ਭਾਰਤ ਮਾਤਾ ਬਿਨ ਬਾਦਲ ਬਰਸਾਤ ਮੇਂ, ਅੱਛੇ ਦਿਨੋਂ ਕੀ ਆਸ ਮੇਂ, ਨੋਟਬੰਦੀ ਕਾ ਤਮਾਸ਼ਾ ਸੋਚੀ ਸਮਝੀ ਚਾਲ ਥੀ, ਮਚ ਗਿਆ ਕੋਹਰਾਮ ਥਾ ਹਰ ਆਮ ਮੇਂ, ਕੁਝ ਖਾਸ ਮੇਂ ਅੱਛੇ ਦਿਨੋਂ ਕੀ ਆਸ ਮੇਂ, ਚਾਰ ਧਾਮ ਕੀ ਯਾਤਰਾ ਕਰਨੇ ਲਗੀ ਸ਼ੋਹਰ ਕੇ ਨਾਮ, ਮਨ ਤੇ ਰਾਸ ਆ ਗਈ ਥੀ ਬੀਬੀ ਕੀ ਉਪਵਾਸ ਮੇਂ, ਅੱਛੇ ਦਿਨੋਂ ਕੀ ਆਸ ਮੇਂ, ਬੇਵਫਾ ਸ਼ੌਹਰ ਹੁਆ ਔਰ ਵਾਹ 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 ਬੀਬੀ ਰਹੀ, ਪਾਕੀਜ਼ਗੀ ਰਿਸ਼ਤੋਂ ਕੀ ਹੈ ਨਾ ਆਸ ਮੇਂ ਨਾ ਪਾਸ ਮੇਂ, ਮਨ ਕੀ ਬਾਤੋਂ ਕਾ ਮਦਾਰੀ ਬੋਲਤਾ ਸਕਤਾ ਨਹੀਂ, ਸੁਣਤੇ ਸੁਣਤੇ ਥੱਕ ਗਏ ਬੇਹੂਦਗੀ ਹਰ ਮਾਸ ਮੇਂ, ਅੱਛੇ ਦਿਨੋਂ ਕੀ ਆਸ ਮੇਂ, ਅੱਛੇ ਦਿਨੋਂ ਕੀ ਆਸ ਮੇਂ, ਕਾਲੇ ਧਨ ਕਾ ਸ਼ੌਰੋ ਗੁਲ ਅਬ ਥੱਕ ਗਿਆ ਔਰ ਥਮ ਗਿਆ, ਕਾਲੇ ਧਨ ਕਾ ਸ਼ੌਰੋ ਗੁਲ
अब थक गया और थम गया, मुंतजिर है खाली खाते मुफलसी के लिबास में, अच्छे दिनों की आस में। राजधर्म की तजियां जब उड़ गई गुजरात में, तब जराड़े पड़ गई थी अटल के विश्वास में, अच्छे दिनों की आस में, अच्छे दिनों की आस में।